ਸੱਦੀ ਨਾ ਬੁਲਾਈ ਤੇ ਮੈਂ ਲਾੜੇ ਦੀ ਤਾਈ ਇਹ ਸਤਰਾਂ ਅੱਜਕੱਲ੍ਹ ਕਿਸਾਨ ਜ਼ਮਾਨਤਾ ਦਾ ਸਿਆਸੀ ਲਾਹਾ ਲੈਣ ਦੇ ਇਲਜ਼ਾਮ ਚੱਲ ਰਹੇ ਮਨਜਿੰਦਰ ਸਿੰਘ ਸਿਰਸਾ ਤੇ ਬਿਲਕੁਲ ਸਟੀਕ ਬੈਠਦੀਆਂ ਹਨ ਜ਼ਮਾਨਤ ਸਪੈਸ਼ਲਿਸਟ ਬਣੇ ਸਿਰਸਾ ਸਾਹਿਬ ਦੀਪ ਸਿੱਧੂ ਦੀ ਰਿਹਾਈ ਦੀ ਵਧਾਈ ਦੇ ਰਹੇ ਹਨ ਮੈਂ ਸਭ ਨੂੰ ਬਹੁਤ ਵਧਾਈ ਦਿੰਦਾ ਦੀਪ ਸਿੱਧੂ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਜੇਲ੍ਹ ਅੰਦਰ ਸੀ ਕਿਸਾਨੀ ਸੰਘਰਸ਼ ਦੇ ਚੱਲਦੇ ਉਸ ਦੀ ਅੱਜ ਜ਼ਮਾਨਤ ਲੋਅਰ ਕੋਰਟ ਨੇ ਐਕਸੈਪਟ ਕਰ ਲਈ ਹੈ ਮਾਨਯੋਗ ਅਦਾਲਤ ਨੇ ਸਰੋਪੇ ਸਮੇਤ ਫੁੱਲਾਂ ਦੇ ਹਾਰ ਅਤੇ ਦੀਪ ਸਿੱਧੂ ਦੀ ਰਿਹਾਈ ਨੂੰ ਆਪਣੀ ਵੱਡੀ ਜਿੱਤ ਵਜੋਂ ਪ੍ਰਚਾਰਣ ਦਾ ਪੂਰਾ ਇੰਤਜ਼ਾਮ ਹੋ ਚੁੱਕਾ ਸੀ ਪਰ ਦਿੱਲੀ ਪੁਲਿਸ ਨੇ ਐਨ ਮੌਕੇ ਰੰਗ ਵਿੱਚ ਭੰਗ ਪਾ ਦਿੱਤਾ ਅਰਦੀਪ ਸਿੱਧੂ ਨੂੰ ਇੱਕ ਹੋਰ ਮਾਮਲੇ 'ਚ ਹਿਰਾਸਤ ਵਿੱਚ ਲੈ ਲਿਆ ਪਰ ਸਿਰਸਾ ਸਾਹਿਬ ਦੀਪ ਸਿੱਧੂ ਦੀ ਰਿਹਾਈ ਦੀਆਂ ਵਧਾਈਆਂ ਦੇ ਬਹਾਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਕਿ ਦੀਪ ਸਿੱਧੂ ਦੀ ਰਿਹਾਈ ਵਿੱਚ ਸਿਰਸਾ ਸਾਹਿਬ ਦਾ ਵੱਡਾ ਯੋਗਦਾਨ ਹੈ ਅੱਜ ਜਦੋਂ ਉਹਨਾਂ ਦਾ ਫੈਸਲਾ ਸੁਣਾਇਆ ਉਹਨਾਂ ਦੇ ਹੱਕ ਅੰਦਰ ਮੈਂ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਦੇ ਐਡਵੋਕੇਟ ਅਭਿਸ਼ੇਕ ਗੁਪਤਾ ਜੀ ਦਾ ਉਹਨਾਂ ਦੇ ਭਰਾ ਸਰਦਾਰ ਮਨਦੀਪ ਸਿੰਘ ਜੀ ਦਾ ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਐਡਵੋਕੇਟ ਸਰਦਾਰ ਜਸਪ੍ਰੀਤ ਸਿੰਘ ਜੀ ਰਾਏ ਸਾਹਿਬ ਦਾ ਬਹੁਤ ਲੰਬੀ ਮੁਸ਼ਕਲ ਤੋਂ ਬਾਅਦ ਜਮਾਨਤ ਹੋਈ ਆ ਦਿੱਲੀ ਪੁਲਿਸ ਨੇ ਪੂਰਾ ਜ਼ੋਰ ਲਗਾਇਆ ਤਰਲੋ ਮੱਚੀ ਹੋ ਰਹੀ ਸੀ ਜੁਆਇੰਟ ਕਮਿਸ਼ਨਰ ਆਫ ਪੁਲਿਸ ਡੀਸੀਪੀ ਕ੍ਰਾਈਮ ਸਭ ਬੈਠੇ ਹੋਏ ਸੀਗੇ ਕੋਰਟ ਦੇ ਅੰਦਰ ਵੀ ਸੀ ਦੇ ਦੌਰਾਨ ਕਿ ਕਿਸੇ ਤਰੀਕੇ ਜਮਾਨਤ ਰੱਦ ਹੋਵੇ ਪਰ ਮੈਂ ਉਸ ਅਕਾਲ ਪੁਰਖ ਦਾ ਤਾਂ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਾ ਹਾਂ ਜੋ ਇਹ ਅੱਜ ਦੀਪ ਸੁੱਧ ਜਮਾਨਤ ਹੋਈ ਸ਼ਾਮ ਨੂੰ ਦੀਪ ਸਿੱਧੂ ਅੱਜ ਜੇਲ੍ਹ ਤੋਂ ਰਿਹਾ ਹੋਏਗਾ ਪਰ ਸਿਰਸਾ ਸਾਹਿਬ ਇੱਕ ਵਾਰ ਫਿਰ ਆਪਣੀ ਲੀਗਲ ਟੀਮ ਦੀ ਸਫਲਤਾ ਦੇ ਕਸੀਦੇ ਪਰਗੇ ਜਦ ਕਿ ਕਿਸਾਨ ਜਥੇਬੰਦੀਆਂ ਵਾਰ-ਵਾਰ ਦੁਹਾਈ ਪਾ ਰਹੀਆਂ ਹਨ ਕਿ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਕਿ ਸਿਰਸਾ ਸਾਹਿਬ ਆਖਿਰ ਮਦਦ ਕਦੋਂ ਕਰ ਗਏ ਸੰਯੁਕਤ ਕਿਸਾਨ ਮੋਰਚੇ ਦੀ ਬਕਾਇਦਾ ਐਲਾਨੀ ਲੀਗਲ ਟੀਮ ਨੇ ਇੱਕ ਇੱਕ ਕੇਸ ਦੀ ਪੈਰਵਾਈ ਕਰ ਜ਼ਮਾਨਤ ਕਰਵਾਈ ਪਰ ਸਿਰਸਾ ਸਾਹਿਬ ਮੀਡੀਆ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰਨ ਵਿੱਚ ਕਾਮਯਾਬ ਰਹੇ ਅਤੇ ਹੁਣ ਕਮੇਟੀ ਚੋਣਾਂ ਵਿੱਚ ਇਸ ਨੂੰ ਵੱਡਾ ਮੁੱਦਾ ਬਣਾ ਕੇ ਪੇਸ਼ ਕਰ ਰਹੇ ਹਨ ਅਜਿਹੇ ਇਲਜ਼ਾਮ ਪਿਛਲੇ ਦਿਨੀ ਬਲਬੀਰ ਸਿੰਘ ਰਾਜੀਵਾਲ ਨੇ ਲਗਾਏ ਸਨ ਪਰ ਇੱਕ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਸਰਸਾ ਦੀ ਭੂਮਿਕਾ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ ਕਿ ਕਿਸ ਤਰ੍ਹਾਂ ਉਹ ਕਿਸਾਨ ਜ਼ਿਮਾਨਤਾ ਦੇ ਮੁੱਦੇ ਨੂੰ ਚੋਣ ਪ੍ਰਚਾਰ ਲਈ ਵਰਤ ਰਹੇ ਹਨ ਦਿੱਲੀ ਕਮੇਟੀ ਚੋਣਾਂ ਵਿੱਚ ਇਸ ਮੁੱਦੇ ਨੂੰ ਇੱਕ ਮੁੱਦਾ ਬਣਾ ਕੇ ਪੇਸ਼ ਕਰ ਰਹੇ ਹਨ ਜੋ ਕਿ ਗਲਤ ਹੈ ਮੈਨੂੰ ਇਸ ਗੱਲ ਤੇ ਬਹੁਤ ਅਫਸੋਸ ਹੈ ਸਾਡੀ ਇੱਕ ਸਮੱਸਿਆ ਕੀ ਹੈ ਸਾਡੀ ਜਿਹੜੀ ਵਕੀਲਾਂ ਦੀ ਟੀਮ ਹੈ ਰਾਤ 11 ਵਜੇ ਜਾਂ 12 ਵਜੇ ਜੀਲਾਂ ਚੋਂ ਛੱਡਦੇ ਨੇ ਤਿੰਨ ਚਾਰ ਥੇਲਾ ਨੇ ਤੇ ਸਾਡੇ ਬੰਦੇ ਛੱਡ ਕੇ ਆ ਕੇ ਉਹਨਾਂ ਨੂੰ ਗੁਰੂ ਘਰ ਚ ਉੱਥੇ ਰਹਿਣ ਦਾ ਪ੍ਰਬੰਧ ਉੱਥੇ ਛੱਡ ਕੇ ਆ ਜਾਂਦੇ ਨੇ ਇਹ ਸਵਾਲ ਕੀਤਾ ਸਿਰਸਾ ਸਾਹਿਬ ਤੇ ਟੋਟਲ ਜ਼ਮਾਨਤਾਂ ਸਾਡੇ ਬੰਦੇ ਨੇ ਕਰਾਈਆਂ ਪਰ ਸ਼ਾਇਦ ਪਤਾ ਕਿ ਨਹੀਂ ਪਤਾ ਜਦੋਂ ਉੱਥੇ ਸੀ ਨਹੀਂ ਸੀ ਜ਼ਮਾਨਤਾਂ ਹੋਈਆਂ ਅਸੀਂ ਤਕਰੀਬਨ 5 ਲੱਖ ਰੁਪਈਆ ਉਹਨਾਂ ਨੂੰ ਇਹ 3000 ਰੁਪਿਆ ਉੱਥੇ ਜਿਹੜਾ ਜੇਲ੍ਹ ਦੇ ਅੰਦਰ ਖਰਚ ਹੋ ਜਾਂਦਾ ਜੀਮ ਖਰਚ ਵੀ ਦੇਖੇ ਆਏ ਵਕੀਲਾਂ ਦੀ ਟੀਮ ਨੂੰ ਅਸੀਂ ਕਿਹਾ ਵੀ ਤੁਸੀਂ ਗਲਤ ਕੀਤਾ ਤੁਹਾਨੂੰ ਇਹ ਸਾਰਾ ਕੁਝ ਗਲਤ ਕਰਨੀ ਚਾਹੀਦੀ ਸੀ ਉਹਨਾਂ ਨੇ ਇੱਕ ਵਾਰੀ ਸਵਾਲ ਵੀ ਕੀਤਾ ਸੁਨਸਾ ਸਾਹ ਨੇ ਮੈਂ ਮੈਨੂੰ ਦਵਾ ਦੇਣਾ ਇਹ ਲੈ ਕਰਨੀ ਜਾਣਾ ਸਾਡੀ رائے ਤੋਂ ਬਾਹਰ ਦੀ ਜੇ ਅਸੀਂ ਬਾਜਮਾਨਤ ਵੀ ਕਰਾਤੀ ਨਾ ਜਿਹੜਾ ਸਾਡੀ رائے ਤੋਂ ਬਾਹਰ ਗਿਆ ਸਾਡੇ ਨਾਲ ਫੋਟੋ ਵੀ ਲਾਉਂਦਾ ਉਹ ਸਿੱਧਾ ਸਰਸਿਆਂ ਕੋਲ ਜਾ ਕੇ ਨਾਲ ਲੂਗਾ ਸਮਝੋ ਸਾਰੀ ਗੱਲ ਉਹ ਜਿਹੜਾ ਬੰਦਾ رائے ਤੋਂ ਬਾਹਰ ਗਿਆ ਉਹ ਸਾਡੇ ਸਾਡੇ ਵਕੀਲਾਂ ਨਾਲ ਫੋਟੋ ਲਾਊਗਾ ਸਮਝ ਲਿਆ ਕਰੋ ਗੱਲ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਜਦੋਂ ਜਿਹੜਾ ਮੁੰਡਾ ਬਿਣਾ ਕਹਿ ਇਹ ਗਾਹ ਜਾਵੇ ਉਹ ਪਿਓ ਦੀ ਮੰਨੂਗਾ ਫਿਰ ਮੁੰਡਾ ਮੇਰੀ ਮੇਰੀ ਕਹਿਣ ਦਾ ਉਹ ਨਹੀਂ ਰੋਦਾ ਸੀ ਜੀ ਜਦੋਂ ਉੱਥੇ ਹੋ ਰਿਲੀਜ਼ ਹੋ ਕੇ ਆਏ ਨੇ ਨਾ ਜਦ ਨੂੰ ਸਾਡੇ ਬੰਦੇ ਜਾਂਦੇ ਆ ਵਕੀਲੋਂ ਖਰਾਦ ਨੂੰ 12 ਵਜੇ ਆ ਕੇ ਤੇ 12 ਵਜੇ ਉਥੋਂ ਛੁੱਟੇ ਉਹ ਵਿਚਾਰੇ 2 ਘੰਟੇ ਦਿੱਲੀੋਂ ਉੱਥੇ ਆਉਣ ਨੂੰ ਲੱਗਦੇ ਆ 2 ਵਜੇ ਆ ਕੇ ਉੱਥੇ ਟਿਕੇ ਉਹ ਉਹ ਸਵੇਰੇ ਉੱਠ ਕੇ ਜਦੋਂ ਉਹ ਜਾਂਦੇ ਨੇ ਜਦੋਂ ਸੱਸਾ ਸਾਹਿਬ ਪ੍ਰੈਸ ਕਾਨਫਰੰਸ ਕੀਤੀ ਹੁੰਦੀ ਹੈ ਸੋ ਕਿਸਾਨ ਜ਼ਮਾਨਤਾਂ ਦਾ ਸਿਆਸੀ ਲਾਹਾ ਲੈਣ ਦੀ ਅੰਨੀ ਦੌੜ ਦਰਮਿਆਨ ਸਵਾਲਾਂ ਵਿੱਚ ਕਰੇ ਮਨਜਿੰਦਰ ਸਿੰਘ ਸਿਰਸਾ ਹੁਣ ਦੀਪ ਸਿੱਧੂ ਦੀ ਰਿਹਾਈ ਦਾ ਗੁੱਡਾ ਵੀ ਆਪਣੇ ਸਿਰ ਬਣ ਰਹੇ ਸਨ ਦੀਪ ਸਿੱਧੂ ਦੀ ਰਿਹਾਈ ਦੇ ਦਾਅਵੇ ਨਾਲ ਸਿਰਸਾ ਸਾਹਿਬ ਨੇ ਡੀਐਸਜੀ ਐਮਸੀ ਦੀ ਲੀਗਲ ਟੀਮ ਦਾ ਇੱਕ ਵਾਰ ਫਿਰ ਜ਼ਿਕਰ ਕਰਦਿਆਂ ਵਧਾਈ ਵਾਲੀ ਵੀਡੀਓ ਪਾਈ ਮੈਂ ਸਭ ਨੂੰ ਬਹੁਤ ਵਧਾਈ ਦਿੰਦਾ ਦੀਪ ਸਿੱਧੂ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਜੇਲ੍ਹ ਅੰਦਰ ਸੀ ਕਿਸਾਨੀ ਸੰਘਰਸ਼ ਦੇ ਚੱਲਦੇ ਉਸ ਦੀ ਅੱਜ ਜ਼ਮਾਨਤ ਲੋਅਰ ਕੋਰਟ ਨੇ ਐਕਸੈਪਟ ਕਰ ਲਈ ਹੈ ਮਾਨਯੋਗ ਅਦਾਲਤ ਨੇ ਅੱਜ ਜਦੋਂ ਉਹਨਾਂ ਦਾ ਫੈਸਲਾ ਸੁਣਾਇਆ ਉਹਨਾਂ ਦੇ ਹੱਕ ਅੰਦਰ ਮੈਂ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਦੇ ਐਡਵੋਕੇਟ ਅਭਿਸ਼ੇਕ ਗੁਪਤਾ ਜੀ ਦਾ ਉਹਨਾਂ ਦੇ ਪ੍ਰਾਧਾਨ ਸਰਦਾਰ ਮਨਦੀਪ ਸਿੰਘ ਜੀ ਦਾ ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਐਡਵੋਕੇਟ ਸਰਦਾਰ ਜਸਪ੍ਰੀਤ ਸਿੰਘ ਜੀ ਰਾਏ ਸਾਹਿਬ ਦਾ ਦੀਪ ਸਿੱਧੂ ਦੇ ਕੇਸ ਦੀ ਪੈਰਵਾਈ ਉਸ ਦਾ ਭਰਾ ਕਰ ਰਿਹਾ ਸੀ ਪਰ ਸਰਸਾ ਸਾਹਿਬ ਦੀਪ ਸਿੱਧੂ ਜੋ ਸਿੱਖ ਹਲਕਿਆਂ ਵਿੱਚ ਪੰਜਾਬ ਸਿੱਖ ਕੌਮ ਦੇ ਬੁਨਿਆਦੀ ਮਸਲੇ ਚੁੱਕਲ ਨਹੀਂ ਮਕਬੂਲ ਹੈ ਦੀਪ ਸਿੱਧੂ ਦੀ ਰਿਹਾਈ ਦੇ ਮਸਲੇ ਤੇ ਆਪਣੀ ਕੰਨ ਥਾਪੜ ਗਏ ਅੱਜ ਜਦੋਂ ਉਹਨਾਂ ਦਾ ਫੈਸਲਾ ਸੁਣਾਇਆ ਉਹਨਾਂ ਦੇ ਹੱਕ ਅੰਦਰ ਮੈਂ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਦੇ ਐਡਵੋਕੇਟ ਅਭਿਸ਼ੇਕ ਗੁਪਤਾ ਜੀ ਦਾ ਉਹਨਾਂ ਦੇ ਭਰਾ ਸਰਦਾਰ ਮਨਦੀਪ ਸਿੰਘ ਜੀ ਦਾ ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਐਡਵੋਕੇਟ ਸਰਦਾਰ ਜਸਪ੍ਰੀਤ ਸਿੰਘ ਜੀ ਰਾਏ ਸਾਹਿਬ ਦਾ ਬਹੁਤ ਲੰਬੀ ਮੁਸ਼ਕਲ ਤੋਂ ਬਾਅਦ ਜਮਾਨਤ ਹੋਈ ਆ ਦਿੱਲੀ ਪੁਲਿਸ ਨੇ ਪੂਰਾ ਜ਼ੋਰ ਲਗਾਇਆ ਤਰਲੋ ਮੱਛੀ ਹੋ ਰਹੀ ਸੀ ਜੁਆਇੰਟ ਕਮਿਸ਼ਨਰ ਆਫ ਪੁਲਿਸ ਡੀਸੀਪੀ ਕ੍ਰਾਈਮ ਸਭ ਬੈਠੇ ਹੋਏ ਸੀਗੇ ਕੋਰਟ ਦੇ ਅੰਦਰ ਵੀ ਸੀ ਦੇ ਦੌਰਾਨ ਕਿ ਕਿਸੇ ਤਰੀਕੇ ਜਮਾਨਤ ਰੱਦ ਹੋਵੇ ਪਰ ਮੈਂ ਉਸ ਅਕਾਲ ਪੁਰਖ ਦਾ ਤਾਂ ਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਾ ਹਾਂ ਜੋ ਇਹ ਅੱਜ ਦੀਪ ਸੁੱਧ ਜਮਾਨਤ ਹੋਈ ਸ਼ਾਮ ਨੂੰ ਦੀਪ ਸਿੱਧੂ ਅੱਜ ਜੇਲ੍ਹ ਤੋਂ ਰਿਹਾ ਹੋਏਗਾ ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ